ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ। ਮੈਂ ਸੁੱਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਅਤੇ ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਖੇਤੀ ਇਨਫੋ। ਤਾਂ ਕਿਸਾਨ ਵੀਰੋ ਇਹ ਜਿਹੜੀ ਹੈਗੀ ਹੈ ਪੀਲੀ ਪੁਛਾ ਜਿਹੜੀ ਵਰਾਇਟੀ ਨੂੰ ਕਹਿੰਦੇ ਨੇ ਇਹ ਉਹ ਖੇਤ ਹੈ ਅਤੇ ਬਿਰਲਾ ਦੇਖ ਸਕਦੇ ਆਪਾਂ ਕਿ ਕਿੰਨਾ ਲਗਵਾਇਆ ਹੋਇਆ ਇਹ, ਫਿਰ ਵੀ ਉੱਪਰੋਂ ਫਸਿਆ ਪਿਆ। ਠੀਕ ਹੈ, ਇਹ ਤੁਸੀਂ ਮੰਨੋ ਕਿ ਫੁੱਟ ਤਾਂ ਜਗ੍ਹਾ ਆਰਾਮ ਨਾਲ ਹੈਗੀ ਹੈ ਜਦੋਂ ਇਹ ਲਗਵਾਇਆ ਸੀਗਾ। ਦਿਖਾਉਣਾ ਤੁਹਾਨੂੰ ਮੈਂ ਅੱਗੇ ਜਾ ਕੇ, ਤਾਂ ਇਹ ਦੇਖ ਸਕਦੇ ਆਪਾਂ ਕਿ ਕੋਈ ਜਗ੍ਹਾ ਨਹੀਂ ਬਚੀ ਹੋਈ ਬਿਰਲਾ ਲਗਾਉਣ ਦੇ ਬਾਵਜੂਦ। ਤੁਹਾਨੂੰ ਮੈਂ ਜੇ ਜੜ ਦਿਖਾਵਾਂ ਦੁਬਾਰਾ ਹੁਣ ਵਿੱਚੋਂ ਵੀ ਤਾਂ ਤੁਸੀਂ ਦੇਖ ਸਕੋਗੇ। ਇਹ ਦੇਖੋ ਕਿ ਵੈਸੇ ਤਾਂ ਕਾਫੀ ਜਗ੍ਹਾ ਹੈਗੀ ਇੱਥੇ ਨੀਚੇ, ਪਰ ਇਹ ਬੂਟਾ ਕਰ ਗਈ ਹੈ ਤਾਂ ਕਰਕੇ ਇਹ ਦੇਖ ਸਕਦੇ ਹਾਂ। ਇਹਦਾ ਬੂਟਾ ਜਿਹੜਾ ਹੈਗਾ ਬਾਹਰ ਨੂੰ ਖਿੰਡਦਾ ਹੁੰਦਾ। ਅਤੇ ਇਹਦੀ ਮੈਂ ਥੋੜ੍ਹੀ ਜਿਹੀ ਤੁਹਾਨੂੰ ਦੱਸ ਦੇਵਾਂ, ਜਾਣਕਾਰੀ ਦੇ ਦੇਵਾਂ ਕਿ ਇਹਦੇ ਵਿੱਚ 2.5 ਗੱਟੇ ਯੂਰੀਏ ਦੇ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪਏ ਹੋਏ ਨੇ। ਅਤੇ ਪਰ ਮੈਥਡ ਆਪਣਾ ਉਹੀ ਸੀਗਾ ਕਿ ਡੋਜ਼ ਘਟਾ ਕੇ ਇੰਸਟਾਲਮੈਂਟਸ ਜ਼ਿਆਦਾ ਕੀਤੀਆਂ ਹੋਈਆਂ ਨੇ। 4 ਵਾਰੀਆਂ ਦੇ ਵਿੱਚ 2.5 ਗੱਟੇ ਪਏ ਨੇ ਅਤੇ ਹੁਣ ਇਹਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਫੋਲੀਅਰ ਸਪਰੇਅ ਦੀ ਖੁਰਾਕ ਵਾਸਤੇ ਤਾਂ। ਅਤੇ ਹੋ ਗਈ ਇਹ 50 ਕੁ ਦਿਨ ਦੇ ਲਗਭਗ ਹੋ ਗਈ ਉਹ, ਅਤੇ ਆਪਾਂ ਇਹਨੂੰ ਹੁਣ ਸਪਰੇਅ ਕਰਾਂਗੇ ਐਡਵਾਂਸ ਦੇ ਵਿੱਚ, ਕਿਉਂਕਿ ਇਹ ਜਿਹੜੀ ਵਰਾਇਟੀ ਹੈਗੀ ਹੈ ਇਹਦੇ ਵਿੱਚ ਹਵਾ ਘੱਟ ਪੈਂਦੀ ਹੈ ਕਿਉਂਕਿ ਇਹਦਾ ਬੂਟਾ ਜਿਹੜਾ ਹੈਗਾ ਬਾਹਰ ਨੂੰ ਖਿੰਡਦਾ ਹੈਗਾ, ਵਿਚਕਾਰ ਨੂੰ ਥੋੜ੍ਹੀ ਜਿਹੀ ਜਗ੍ਹਾ ਖਾਲੀ ਰਹਿੰਦੀ ਹੈ ਅਤੇ ਸਾਈਡਾਂ ਨੂੰ ਇਹ ਖਿੰਡਦਾ, ਅਤੇ ਬਾਕੀ ਇਹਦੇ ਪੱਤੇ ਵੀ ਜਿਹੜੇ ਹੈਗੇ ਆ ਕਾਫੀ ਚੌੜੇ ਹੁੰਦੇ ਨੇ। ਜੇ ਆਪਾਂ ਪੂਸਾ 44 ਦੇ ਮੁਕਾਬਲੇ ਦੇਖਾਂਗੇ ਇਹਨੂੰ, ਅਤੇ ਟਾਈਮ ਵੀ ਉਹਦੇ ਨਾਲੋਂ ਵੱਧ ਲੈਂਦੀ ਹੈਗੀ ਹੈ ਜੀ। ਅਤੇ ਇਹਨੂੰ ਆਪਾਂ ਸਪਰੇਅ ਹੁਣ ਟੋਪ ਦਾ ਕਰਾਂਗੇ ਬਾਈ ਜੀ, ਹੋ ਸਕਦਾ ਐਮੀ ਸਟਾਰ ਟੋਪ ਕਰ ਦਈਏ ਪਹਿਲਾਂ ਸਪਰੇਅ, ਫਿਰ ਜਿਹੜਾ ਅਨਸਾਰੇ ਵਾਲਾ ਹੋਊਗਾ ਉਦੋਂ ਨਟੀਵੋ ਕਰਾਂਗੇ ਫਿਰ, ਕਿਉਂਕਿ ਇਹਨੂੰ ਫੰਗਸ ਅਤੇ ਤੇਲਾ ਦੋ ਹੀ ਚੀਜ਼ਾਂ ਦਾ ਅਟੈਕ ਆਉਂਦਾ ਬਸ। ਜੇ ਆਪਾਂ ਨੇ ਫੰਗਸ ਤੋਂ ਬਚਾ ਲਈ ਤਾਂ ਤੇਲਾ ਵੀ ਨਹੀਂ ਆਊਗਾ, ਅਤੇ ਦਾਣੇਦਾਰ ਜ਼ਹਿਰ ਆਪਾਂ ਕੋਈ ਵੀ ਨਹੀਂ ਪਾਉਂਦੇ ਹੈਗੇ ਖੇਤ 'ਚ, ਜੇ ਉਹ ਵੀ ਪਾ ਦਿੰਦੇ ਹਾਂ ਉਹ ਵੀ ਇੱਦਾਂ ਦਾ ਹਿਊਮਿਡਿਟੀ ਵਿੱਚ ਕ੍ਰੀਏਟ ਕਰਦਾ ਹੈਗਾ ਕਿ ਉੱਲੀ ਜਿਹੜੀ ਹੈਗੀ ਹੈ ਫੰਗਸ ਜਿਹੜੀ ਹੈਗੀ ਹੈ ਜ਼ਿਆਦਾ ਅਟੈਕ ਕਰਦੀ ਹੈ ਫਿਰ ਖੇਤ ਦੇ ਵਿੱਚ, ਹੈ ਨਾ। ਇਸ ਕਰਕੇ ਜੇ ਆਪਾਂ ਪਹਿਲਾਂ ਹੀ ਇਲਾਜ ਕਰ ਦਈਏ, ਪ੍ਰੀਵੈਂਟਿਵ ਜਿਹੜੇ ਟੈਕਨੀਕਲ ਆਉਂਦੇ ਨੇ, ਤਾਂ ਫਿਰ ਉੱਲੀ ਜਿਹੜੀ ਹੈਗੀ ਆ ਉਹ ਅਟੈਕ ਨਹੀਂ ਕਰੂਗੀ, ਅਤੇ ਜੇ ਉੱਲੀ ਅਟੈਕ ਨਹੀਂ ਕਰੂਗੀ ਤਾਂ ਫਿਰ ਤੇਲਾ ਵੀ ਉਨਾ ਜ਼ਿਆਦਾ ਅਟੈਕ ਨਹੀਂ ਕਰੂਗਾ। ਇਹ ਸਾਡਾ ਅਜਮਾਇਆ ਹੋਇਆ ਨੁਸਖਾ ਹੈ, ਤੁਸੀਂ ਆਪਣੇ ਖੇਤਾਂ ਦੇ ਵਿੱਚ ਇਹ ਚੀਜ਼ ਕਰਕੇ ਦੇਖ ਸਕਦੇ ਹੋ, ਮੇਰੇ ਭਰੋਸੇ ਨਾਲ ਰਹੋ ਇਕੱਲੇ ਦੇ। ਅਤੇ ਕਈ ਵੀਰ ਹੁਣ ਇੱਦਾਂ ਵੀ ਕਹਿ ਸਕਦੇ ਨਹੀਂ ਕਿ ਇੰਨੀ ਮਹਿੰਗੀ ਕਿਹੜਾ ਪਾਵੇ, ਠੀਕ ਹੈ। ਤਾਂ ਦੇਖੋ ਹਰੇਕ ਦਾ ਆਪਣਾ ਆਪਣਾ ਪਰਪਸ ਹੁੰਦਾ, ਸਾਡਾ ਬੀਜ ਹੈ, ਸਾਡੇ ਬੀਜ ਦੇ ਕਰਕੇ ਅਸੀਂ ਆਪਾਂ ਰਿਸਕ ਨਹੀਂ ਲੈਣਾ ਹੁੰਦਾ, ਤਾਂ ਅਸੀਂ ਤਾਂ ਬਈ ਇਹੀ ਕਰਦੇ ਹਾਂ। ਹੋ ਸਕਦਾ 3 ਵੀ ਸਪਰੇਹਾਂ ਇਹਨੂੰ ਉੱਲੀ ਵਾਲੀਆਂ ਕਰਨੀਆਂ ਪੈ ਜਾਣ ਸਾਨੂੰ, ਫੰਗਸ ਵਾਲੀਆਂ, ਕਿਉਂਕਿ ਉਹ ਦੇਖਣਾ ਪੈਂਦਾ ਵੀ ਕਿੰਨਾ ਕੁ ਅਟੈਕ ਵਗੈਰਾ ਆ ਰਿਹਾ ਜਾਂ ਨਹੀਂ ਆ ਰਿਹਾ। ਅਤੇ ਤੇਲੇ ਵਾਲਾ ਵੀ ਬਾਈ ਜੀ ਇਹਨੂੰ ਪੈਕਸਾ ਲਾਉਣੀ ਹੋਊਗਾ, ਕਿਉਂਕਿ ਇੱਕ ਵਾਰ ਆਪਾਂ ਕਰਕੇ ਅਤੇ ਮੁੜ ਕੇ 35-35, 40-40 ਦਿਨ ਦਾ ਤਾਂ ਅਸੀਂ ਰਿਜ਼ਲਟ ਇਹਤੋਂ ਲਿਆ ਹੋਇਆ ਪੈਕਸਾ ਲਾਉਣ ਤੋਂ ਵੀ। ਅਤੇ ਸੁੰਡੀ ਵਾਲੀ ਜਿਹੜੀ ਹੈਗੀ ਆ ਕੋਰਾਜਿਨ ਜਾਂ ਫੇਮ ਹੀ ਕਰਾਂਗੇ ਆਪਾਂ, ਇੱਕ ਡੁਪਲੀਕੇਟ ਕੋਰਾਜਿਨ ਆਉਂਦੀ ਹੈ ਉਹ ਕਈ ਵੀਰ ਕਹਿੰਦੇ ਠੀਕ ਹੈ, ਪਰ ਆਪਾਂ ਤਾਂ ਜਿਹੜੀ ਓਰੀਜਨਲ ਹੈਗੀ ਆ ਉਹੀ ਕਰਦੇ ਹੁੰਦੇ ਹਾਂ ਇਹ 'ਤੇ, ਠੀਕ ਹੈ। ਅਤੇ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ, ਜਿਵੇਂ ਪ੍ਰੋ ਕਲੇਮ ਵਗੈਰਾ ਹੋਰ ਕੋਈ ਦਵਾਈਆਂ ਆਉਂਦੀਆਂ ਨੇ ਉਹ ਕਰ ਸਕਦੇ ਹੋ ਨਾ। ਅਤੇ ਹਰੇਕ ਦਾ ਆਪਣਾ ਦੇਖੋ ਅਲੱਗ ਪਰਪਜ਼ ਹੈ, ਮੈਂ ਤੁਹਾਨੂੰ ਦੱਸਿਆ। ਕਈ ਬੰਦੇ ਜਦੋਂ ਕਹਿੰਦੇ ਕਿ ਅਸੀਂ ਸਪਰੇਅ ਉਦੋਂ ਕਰਾਂਗੇ ਜਦੋਂ ਖੇਤ ਦੇ ਵਿੱਚ ਬਿਮਾਰੀ ਦਿਖਾਈ ਦੇਊਗੀ, ਤਾਂ ਉਹਨਾਂ ਦਾ ਉਹ ਤਜਰਬਾ ਹੋ ਸਕਦਾ ਬਹੁਤ ਸਫਲ ਹੋਵੇ, ਪਰ ਆਪਾਂ ਨੂੰ ਸਾਨੂੰ ਲੱਗਦਾ ਕਿ ਜੇ ਬਈ ਸੁੰਡੀ ਨੇ ਜਾਂ ਫੰਗਸ ਨੇ ਅਟੈਕ ਕਰ ਹੀ ਦਿੱਤਾ ਤਾਂ ਫਿਰ ਤਾਂ ਉਹ ਆਪਦਾ ਨੁਕਸਾਨ ਤਾਂ ਕਰ ਗਈ, ਠੀਕ ਹੈ। ਅਤੇ ਇਸ ਤਰ੍ਹਾਂ ਹਰੇਕ ਬੰਦੇ ਦਾ ਆਪਣਾ ਨਜ਼ਰੀਆ ਹੁੰਦਾ। ਅਤੇ ਇਹ ਟਾਈਮ ਸਭ ਤੋਂ ਵੱਧ ਲੈਂਦੀ ਹੈ ਜਿਹੜੀ ਵਰਾਇਟੀ ਹੈਗੀ ਹੈ, ਇਹ 170 ਤਾਂ ਆਮ ਹੀ ਲੈਂਦੀ ਹੈ ਦਿਨ, ਇਹਦੂ ਘੱਟ ਤਾਂ ਲੈਂਦੀ ਨਹੀਂ ਹੈਗੀ। ਅਤੇ 180 ਦਿਨ ਵੀ ਕਈ ਵਾਰ ਲੈ ਜਾਂਦੀ ਹੈ ਇਹ, ਜੇ ਮੌਸਮ ਥੋੜ੍ਹਾ ਜਿਹਾ ਉਲਟਾ ਪੁਲਟਾ ਹੋ ਜਾਵੇ। ਪਨੀਰੀ ਤੋਂ ਲੈ ਕੇ ਮੈਂ ਸਿਰੇ ਤੱਕ ਕਹਿੰਦਾ, ਜਦੋਂ ਪਨੀਰੀ ਬੀਜਤੀ ਉਦੋਂ ਤੋਂ ਲੈ ਕੇ ਕੱਟਣ ਤੱਕ। ਅਤੇ ਝਾੜ ਜਿਹੜਾ ਹੈਗਾ ਬਹੁਤ ਵਧੀਆ, ਕਿਉਂਕਿ ਲੰਮੇ ਟਾਈਮ ਦੀ ਵਰਾਇਟੀ ਹੈ, ਅਗਰ ਆਪਾਂ ਇਹਦੀ ਦੇਖ ਰੇਖ ਸਹੀ ਤਰੀਕੇ ਨਾਲ ਕਰਦੇ ਹਾਂ ਤਾਂ ਝਾੜ ਬਹੁਤ ਵਧੀਆ ਮਿਲ ਜਾਂਦਾ। ਉਹੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਜੇ ਤੁਸੀਂ ਫੰਗਸ ਅਤੇ ਤੇਲੇ ਤੋਂ ਬਚਾ ਕੇ ਤਾਂ ਝਾੜ ਦੇ ਵਿੱਚ ਇਹਦੀ ਕੋਈ ਦਿੱਕਤ ਨਹੀਂ ਆਊਗੀ, ਜਾਂ ਜਿਹੜੇ ਬੰਦੇ ਬਹੁਤ ਜ਼ਿਆਦਾ ਸੰਘਣੀ ਲਾਉਂਦੇ ਨੇ ਉਹਨਾਂ ਦੀ ਦਿੱਕਤ ਆ ਜਾਂਦੀ ਹੈ ਵੀ ਹਵਾ ਨਹੀਂ ਕਰੋਸ ਹੁੰਦੀ। ਇਹ ਵੀ ਹਜੇ ਥੋੜ੍ਹਾ ਜਿਹਾ ਸੰਘਣਾ ਹੀ ਹੈਗਾ, ਨਾਲੇ ਮੈਂ ਤੁਹਾਨੂੰ ਦੱਸਿਆ ਕਿ ਫੁੱਟ ਫੁੱਟ ਦਾ ਤਾਂ ਇਹਦਾ ਫਰਕ ਹੈਗਾ ਬੂਟੇ ਤੋਂ ਬੂਟੇ ਦਾ ਜਦੋਂ ਲਵਾਈ ਸੀ ਆਪਾਂ, ਹੈ ਨਾ। ਅਤੇ ਕਿਹਾ ਸੀ ਲੇਬਰ ਨੂੰ ਬਥੇਰਾ ਕਿ ਹੋਰ ਕਰ ਦਿਉ ਬਿਰਲਾ, ਉਹਨਾਂ ਨੇ ਇਹ ਬੜੀ ਮੁਸ਼ਕਿਲ ਨਾਲ ਲਾਇਆ, ਕਹਿੰਦੇ ਸਾਡਾ ਹੱਥ ਟਿਕਿਆ ਹੋਇਆ ਗਿੱਠ 'ਤੇ, ਅਤੇ ਕਹਿ ਕਹਿ ਕੇ ਇਹ ਲਵਾਈ ਸੀਗੀ ਆਪਾਂ ਨੇ। ਚਲੋ ਠੀਕ ਹੈ, ਇਹਦੀ ਵੀ ਨਾਲ ਹੀ ਰਿਪੋਰਟ ਆਪਾਂ ਅੱਗੇ ਦਿੰਦੇ ਰਹਾਂਗੇ।
ਕਈ ਵੀਰ ਕਹਿੰਦੇ ਕਿ ਯਾਰ ਪੁਰਾਣੀਆਂ ਜਿਹੜੀਆਂ ਵਰਾਈਟੀਆਂ ਨੇ ਉਹਨਾਂ ਦਾ ਬਾਰੇ ਤਾਂ ਤੁਸੀਂ ਦੱਸਦੇ ਨਹੀਂ, ਤਾਂ ਉਹਨਾਂ ਦਾ ਵੀ ਦੱਸ ਦਿਆਂਗੇ ਬਾਈ ਜੀ ਹੁਣ। ਸੋ ਠੀਕ ਹੈ ਜੀ, ਅਗਲੀ ਵੀਡੀਓ ਦੇ ਵਿੱਚ ਦੇਖਾਂਗੇ ਫਿਰ ਇਹਨੂੰ, ਉਦੋਂ ਨੂੰ ਇਹ ਮੇਰੇ ਹਿਸਾਬ ਦੇ ਨਾਲ ਗੋ ਗੂਪ ਭਰਨ ਲੱਗ ਜੂਗੀ ਜਦੋਂ ਨੂੰ ਅਗਲੀ ਵੀਡੀਓ ਬਣਾਊਂਗਾ ਮੈਂ ਇਹਦੀ, ਅਤੇ ਉਦੋਂ ਦੇਖ ਲਾਂਗੇ ਫਿਰ ਆਪਾਂ ਇਹਨੂੰ। ਅਜੇ ਤਾਂ ਕੋਈ ਕਿਸੇ ਕਿਸਮ ਦੀ ਇਹਨੂੰ ਘਾਟ ਵਾਧ ਕੁਛ ਵੀ ਨਹੀਂ ਹੈਗੀ। ਠੀਕ ਹੈ ਜੀ, ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਸਾਰਿਆਂ ਦਾ।